ਮੈਨਿਸ ਸਕੂਲ ਖਰੜ ਦਾ 2 ਦਿਨਾਂ ਸਾਲਾਨਾ ਸਮਾਗਮ ਧੂਮਧਾਮ ਨਾਲ ਸਮਾਪਤ ਹੋਇਆ। ਪਹਿਲੇ ਦਿਨ ਪ੍ਰੀ ਪ੍ਰਾਇਮਰੀ ਵਿੰਗ, ਦੂਜੇ ਦਿਨ ਪ੍ਰਾਇਮਰੀ ਅਤੇ ਤੀਜੇ ਦਿਨ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਬੱਚਿਆਂ ਦੇ ਪ੍ਰੋਗਰਾਮ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਅਤੇ ਸਰਸਵਤੀ ਵੰਦਨਾ ਨਾਲ ਹੋਈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਕੂਲ ਦੇ ਡਾਇਰੈਕਟਰ ਅਨੀਤ ਗੋਇਲ, ਵਿਸ਼ੇਸ਼ ਮਹਿਮਾਨ ਮੈਡਮ ਸਫਲਾ ਗੋਇਲ ਅਤੇ ਸਕੂਲ ਪ੍ਰਿੰਸੀਪਲ ਐਸ ਕੇ ਕਾਲਾ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤਾ। ਸਰ, ਅੱਜ ਹਮਨੇ ਗਣੇਸ਼ ਵੰਦਨਾ ਪਾਰਟੀਸਿਪੇਟ ਕੀ ਹੈ, ਹਮੇ ਹਮਾਰਾ ਇਤਨਾ ਅੱਛਾ ਹੁਆ ਕਿ ਸਬਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਆ ਹਮ ਲੋਗੋਂ ਕੋ, ਔਰ ਹਮਾਰਾ ਕੌਨਫੀਡੈਂਸ ਵੀ ਬਹੁਤ ਬੜਾ ਉਸਕੀ ਵਜ੍ਹਾ ਸੇ। ਐਨੀ ਸਕੂਲ ਮੇ ਫੰਕਸ਼ਨ ਯੇ ਕਲ ਸੇ ਚੱਲ ਰਹਾ ਹੈ, ਕਲ ਇਸਕੀ ਸ਼ੁਰੂਆਤ ਹੋਈ ਥੀ। ਪਹਿਲਾ ਫੰਕਸ਼ਨ ਪ੍ਰੀ ਪ੍ਰਾਇਮਰੀ ਕਲਾਸਿਸ ਕਾ ਥਾ, ਅੱਜ ਪਹਿਲੀ ਸ਼ਿਫਟ ਮੇ ਪ੍ਰਾਇਮਰੀ ਸੈਕਸ਼ਨ ਕਾ ਰਹਾ, ਔਰ ਅਭੀ ਸਮਾਪਨ ਪਰ ਜੋ ਹੈ ਸੀਨੀਅਰ ਸਕੂਲ ਸੀਨੀਅਰ ਬੱਚੋਂ ਕਾ ਜੋ ਪ੍ਰੋਗਰਾਮ ਹੈ ਵੋ ਚੱਲ ਰਹਾ ਹੈ। आज की तारीख में हमारा जो मुख्य उद्देश्य वो ये है कि शिक्षा के साथ साथ बच्चे अन्य क्रियाकलापों में भी आगे रहे, जिनको हम को करिकुलर एक्टिविटी कहते हैं। हम देखते हैं कि अगर आज हम किसी को खड़ा कर दें, बोले भाई 100 लोग हैं या 200 लोग हैं, 500 लोग हैं, उनके सामने बोलना है या नाचना है या डांस करना है, जो भी है, वो जल्दी से नहीं कर पाते। तो इस प्रकार के जो कार्यक्रम स्कूल में होते हैं, विद्यालय में होते हैं, उससे बच्चों को शिक्षा के साथ साथ समाज में अपने को किस तरीके से प्रस्तुत करना है, एक लीडरशिप क्वालिटी जनरेट करना, वो उनमें आत्मविश्वास पैदा करना, ये इसके लिए बहुत जरूरी है। खरड़ तो डेविड वर्मा की रिपोर्ट, चैनल 2।